जियो, बारहवें दे जहूर तक जियो। मौसम भी तुहाडे सामने, दिहाड़ा भी बहुत बड़ा, जितना का वक्त है उससे च नौकरी, दरबार बहुत बड़ा है, आदि बड़े पाक है, जे किसे नु मंगण दा वल आ जा। दिहाड़ा भी तेरे सामने है, खुतबा छोड़ के एक मजमून जनाब दी नजर करन लगा। जिंदगी गुजर गई तेरी आजादारी, यो गम दिन रात नसीब होए, बाकी कोई गम किसे होर दे बूहे ते होए, साढ़े दरवाजे ते एको गम दिन रात होए। वाकियात कोई ऐसा है नहीं जेड़ा तेरे बच्चियां नू याद ला। जिंदगी च मजमून जेड़ा भी पढ़िया है वो बच्चियां नू भी समझ आई है कि अलवी शुरू कित्थों होया ते मुकिया कित्थे। या इली या सदा जियो चाह आबाद शाद रहो। तवज्जो दा तालिबा, जे नीत के आया बैठे तो कजा ना हो सी। कूफे दा वसदा गल में शुरू कर दी, सईद नामी एक शख्स है, इस वाक्य दी तमहीद ज़हन च जा लें। अगर मौसम की वजह तो किसी ने बाहरों अंदर आवना है, पीछे जगह काफ़ी है, आ सकते हो तुसी, उस साइड से जगह काफ़ी है, अगर मेरी मनो तो गुजर आओ तुसी अंदर, बेहतर है। आ जड़ी जगह बेच कोई है, थोड़ी थोड़ी मेहरबानी, सारे चलो, सारे मोमन हो जान, नजरे अल्लाह नियाज़े हुसैन, सारे ही थोड़ा जिहा मेहरबानी करो, थोड़ी थोड़ी हाय दरे सदा जियो चाह आबाद शाद रहो। बना लो थोड़ी थोड़ी जगह जितनी बन दी है बना लो, अंदर जगह साइडां ते बड़ी है। वक्त जाया ना करो, साइडां ते जगह है, उस पासे भी है, इस पासे भी है, गुजर आओ जल्दी। गल शुरू पे करने जेड़े तुसां बैठे हो, दीद मेरे पास करना। अल्लाह अकबर या रसूल अल्लाह या जो है जी, उतर बह जा, उत्थे बह जा, जिवें इत्थे बह जा। सईद नामी एक शख्स है, जिस बंदे तमहीद नू जाया कीता फिर मजमून दा लुत्फ नहीं आना। कूफे दा वसदा है, पंज या छे धीआं, दो पोतरे,
ਕਿਬਲਾ ਸੋਹਣਾ ਪਿਆ ਵਸਦਾ, ਅਚਾਨਕ ਗੁਰਬਤ ਆ ਗਈ। ਜਿਹੜਾ ਬੰਦਾ ਮਜਲਸੇ ਸ਼ਬੀਰ ਚ ਬੈਠ ਕੇ ਮੁਤਮਿਨ ਹੋ ਕੇ ਬੈਠ ਕੇ ਤੇ ਆਸੇ ਪਾਸੇ ਦੇਖੇ, ਹੱਕ ਨਹੀਂ ਬਣਦਾ। ਉਹ ਮਜਬੂਰ ਹੈ, ਕਰਦੇ ਪੈਣ ਜੋ ਕੁਛ ਤੂੰ ਮੇਰੇ ਪਾਸੇ ਦੇ। ਗੁਰਬਤ ਇਤਨੀ ਆ ਗਈ ਕਿ ਜਿਹੜੇ ਕੋਈ ਚਾਰ ਟੱਕੇ ਸੱਜਣਾ ਬੇਲੀਆਂ ਕੋਲੋਂ ਲਏ ਉਹ ਵੀ ਨਾ ਦੇ ਸਕੇ। ਮੇਰੇ ਨਾਲ ਸਫ਼ਰ ਕਰੀ, ਮੈਂ ਸਾਹਿਬਾਜਾ ਨਹੀਂ ਪਿਆ ਪੜਦਾ, ਮੇਰੇ ਨਾਲ ਸਫ਼ਰ ਕਰੀ। ਬੀਵੀ ਕੋਲ ਆ ਬੈਠਾ, ਭਲਾ ਹੋਵੇ ਇੱਕ ਗੱਲ ਤੇਰੇ ਨਾਲ ਕਰਨੀ। ਹਾਂ ਕਰੋ। ਹਾਲਾਤ ਤੇਰੇ ਸਾਹਮਣੇ, ਅਗਰ ਤੂੰ ਆਖੇ ਤੇ ਮੈਂ ਪ੍ਰੋਗਰਾਮ ਬਣਾਇਆ ਹੈ, ਜਿਹੜਾ ਵੱਡਾ ਪੁੱਤਰ ਹੈ ਆਮਰ ਜੀ, ਇਸ ਨੂੰ ਵੇਚ ਦੇਈਏ। ਬੀਵੀ ਆਖਿਆ ਭਲਾ ਹੋਵੇ, ਪਹਿਲੇ ਉਸਨੂੰ ਮੁਤਮਿਨ ਤੇ ਕਰ ਲੈ, ਫਿਰ ਵੇਚ ਦੇ। ਪੁੱਤਰ ਦੇ ਕੋਲ ਆ ਬੈਠ, ਬੇਟਾ ਦਿਲ ਤਾਂ ਨਹੀਂ ਕਰਦਾ, ਥੋੜੀ ਜਿਹੀ ਤਾਂ ਇਹ ਹੋ ਜ਼ਿਹਨ ਚ ਬਾਹਰ। ਮਰਦਾਂ ਵਾਸਤੇ ਵੈਸੇ ਅਗਰ ਮੰਨ ਲਓ ਇਸ ਪਾਸੇ ਜਗ੍ਹਾ ਹੈ, ਦੀਵਾਰਾਂ ਨਾਲ ਗੁਜ਼ਰਾਓ, ਸਾਡੀਆਂ ਹੀ ਧੀਆਂ, ਇਹਨਾਂ ਨੂੰ ਜਗ੍ਹਾ ਦਿਓ। ਤੁਸੀਂ ਨਹੀਂ ਦੇਣਾ ਤਾਂ ਹੋਰ ਜਗ੍ਹਾ ਕਿਹਨਾਂ ਦੇਣੀ ਹੈ? ਇਹ ਜਿਹੜੇ ਮਰਦ ਇੱਥੇ ਖਲੋਤੇ ਨੇ ਦਰਵਾਜ਼ੇ ਦੇ ਵਿੱਚ, ਥੋੜੇ ਥੋੜੇ ਨਜ਼ਰੇ ਅੱਲਾ ਨਿਆਜ਼ ਹੁਸੈਨ, ਥੋੜਾ ਥੋੜਾ ਜਗ੍ਹਾ ਬਣਾਓ ਯਾਰ, ਥੋੜੀ ਬਣਾਓ, ਸਾਡੇ ਮਿਹਰਬਾਨੀ ਕਰੋ, ਆ ਥੋੜੇ ਥੋੜੇ ਸਾਰੇ ਮਿਹਰਬਾਨੀ ਕਰੋ, ਸਾਰੇ 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 ਮਿਹਰਬਾਨੀ ਕਰੋ ਯਾਰ। ਇਹ ਪਿੱਛੇ ਵੀ ਜਿਹੜੇ ਬੈਠੇ ਨੇ ਸਾਰੇ, ਹੁਣ ਦਰਵਾਜ਼ੇ 'ਚ ਨਾ ਖਲੋਵੋ ਤੇ ਮਿਹਰਬਾਨੀ ਕਰੋ, ਗੁਜ਼ਰੋ ਅੰਦਰ ਆ। ਇਹ ਤੁਹਾਡੇ ਵਾਸਤੇ ਸਾਰਿਆਂ ਦੀ ਮਿਹਨਤ ਕੀਤੀ, ਜੇ ਤੁਸੀਂ ਉੱਥੇ ਹੀ ਖਲੋਣਾ ਤਾਂ ਫਿਰ ਫਾਇਦਾ ਕੋਈ ਨਹੀਂ। ਚਲੋ ਧੀਆਂ ਭੈਣਾਂ ਉਹ ਵੀ ਸਾਡੇ ਨਾਲ ਥੋੜਾ ਥੋੜਾ ਹੋ ਜਾਓ, ਜਿਤਨਾ ਅੱਗੇ ਹੋ ਸਕਦੇ ਹੋ। ਮੈਂ ਤਾਂ ਆਖਣ ਡਿਆ ਇਸ ਪਾਸੇ ਜਗ੍ਹਾ, ਮਰਦ ਸਾਹਿਬਾਨ ਜਿਹੜੇ ਨੇ ਇਸ ਪਾਸੇ ਆ ਜਾਓ, ਇਸ ਪਾਸੇ ਜਗ੍ਹਾ ਬੜੀ ਹੈ। ਦਰਵਾਜ਼ੇ 'ਚ ਇਹਨਾਂ ਲੋਕਾਂ ਫਿਰ ਖਰਾਬ ਕਰਨਾ, ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਨੇ। ਇਸ ਪਾਸੇ ਜਗ੍ਹਾ ਜੋ ਮੈਂ ਜੋ ਆਏ ਬੈਠੇ ਤਾਂ ਬੈਠ ਜਾਓ, ਆਕੇ ਉੱਥੇ ਦਰਵਾਜ਼ੇ 'ਚ ਖਲੋਣਾ ਕੋ ਮੰਨਤ ਹੈ ਤੁਹਾਡੀ? ਬਾਰ ਬਾਰ ਮਿੰਨਤ ਪੇ ਕਰਨੇ ਆਖਨੇ ਪਏ, ਆ ਚਲੇ ਜਾਓ, ਨਹੀਂ ਤਾਂ ਬਾਰ ਬਾਰ ਇੱਥੇ ਚਲੇ ਜਾਓ। ਪਰਦੇਦਾਰ ਹਨ ਧੀਆਂ ਬਹਿਣਾ, ਤੁਸਾਂ ਹਯਾ ਨਹੀਂ ਕਰਨਾ ਤਾਂ ਕਿਸ ਕਰਨਾ? ਇਸੇ ਪਰਦੇ ਨੂੰ ਤਾਂ ਰੋ ਰਹੇ ਅੱਜ ਤੱਕ, ਭਲਾ ਹੋਵੇ ਤੁਹਾਡਾ। ਮਾਵਾਂ ਭੈਣਾਂ ਦੀਆਂ ਤੁਸੀਂ ਵੀ ਚੁੱਪ ਕਰਕੇ ਹੋਣ। ਪੁੱਤਰ ਦੇ ਕੋਲ ਆ ਬੈਠਾ, ਬੇਟਾ ਦਿਲ ਤਾਂ ਨਹੀਂ ਕਰਦਾ, ਹਾਲਾਤ ਠੀਕ ਨਹੀਂ, ਸਾਡਾ ਦਿਲ ਤੈਨੂੰ ਵੇਚ ਦਈਏ, ਤੇ ਅਗਰ ਮੈਂ ਫਰ ਪਿਓ ਫਿਰ ਤੈਨੂੰ ਛੁੜਾ ਲੈ। ਆਮਰ ਆਖਿਆ ਬਾਬਾ ਛੁੜਾਵੀ ਤੇ ਭਾਵੇਂ ਨਾ ਛੁੜਾਵੀ, ਤੇਰੀ ਮਰਜ਼ੀ ਏ, ਵੱਡਾ ਪੁੱਤਰ ਵੀ ਮੈਂ ਆ, ਇਸ ਕੁਰਬਾਨੀ ਦਾ ਹੱਕ ਵੀ ਮੇਰਾ ਹੀ ਬਣਦਾ ਹੈ। ਬੱਚਿਆਂ ਦੀ ਜ਼ਿੰਦਗੀ ਉਹ ਨਹੀਂ, ਮੈਂ ਬਿਸਮਿਲ੍ਲਾ ਕਰਾਂ ਤਾਂ ਮੇਰੇ ਨਾਲ ਸਫ਼ਰ, ਤਾਂ ਮੇਰੇ ਨਾਲ ਸਫ਼ਰ ਕੀਤਾ, ਮੈਂ ਦੋ ਸਤਰਾਂ ਤੇਰੀ ਯਾਦ 'ਚ ਛੋੜ ਕੇ ਜਾ ਸਕਾਂ। ਲਓ ਜੀ, ਇੱਕ ਯਹੂਦੀ ਨੂੰ ਵੇਚ ਦਿੱਤਾ, ਉਸਨੂੰ ਆਖਿਆ ਭਾਈ ਫਰ ਪਿਓ ਇਤਨੇ ਦੇ ਕੇ ਛੁੜਾ ਲੈ। ਯਹੂਦੀ ਆਪਣੇ ਨਾਲ ਕੰਮ ਕਾਰ ਤੇ ਲਾ ਲਿਆ, ਮਦੀਨੇ ਦੇ ਨਾਲ ਇੱਕ ਬਸਤੀ ਆਈ, ਉੱਥੇ ਇਸਦੀ ਰਿਸ਼ਤੇਦਾਰੀ ਆਈ, ਤੇ ਯਹੂਦੀ ਉੱਥੇ ਸ਼ਾਦੀ ਕੀਤੀ ਹੋਈ ਆਈ। ਮਾਂ ਪਿਓ ਉਸਦਾ ਪਹਿਲੇ ਮਰ ਗਿਆ, ਹਾਂ ਕੋਈ ਨਾ, ਇੱਕ ਦਿਨ ਬੀਵੀ ਗੱਲ ਕੀਤੀ ਏ ਕਿ ਭਲਾ ਹੋਵੇ, ਜਾਇਦਾਦ ਸਾਡੀ ਬੜੀ ਹੈ ਲੇਕਿਨ ਇੱਥੇ ਕੋਈ ਸੱਜਣ ਨਹੀਂ ਮੈਨੂੰ ਤੇਰਾ ਨਜ਼ਰ ਦਾ, ਜਾਇਦਾਦ ਵਾਲੇ
میرے پیکے وستے ہیں تو کسے دی جرت طاقت ہی نہیں پھر میلی نگاہ تیرے پاسے ویکھے لو جی سلا پسند آئی سب کچھ ویچ کے مدینے تمہید مک گئی اے آمر بھی نہ لے ہن پیسے والا بندہ سیٹ ہوندے ہیں پانچ منٹ لگدے ہیں جدوں کو پیسے جو ہوویں مسئلہ تے بادشاہ جی ای ہوئے نا ہیں سیٹ ہو گیا اے آ میرا دس صبح دا ویلا ہے میں دکان سیٹ کر کے تے دکان تے باندھا پیاں ادا یا روزہ رسول علی گلی دے پاسے میری دید پئیے نبی دی قبر والے پاسیوں ایک چن چڑھیا ہے جس چن نے سارا بازار روشن کر چھوڑیا زندگی اندر بولے تو بولی رائے تو نہیں اندر بولے تو بولی چن چڑھدا آیا میں اس چن نو جھکدا آیا آدھا یہ چن شباب وچ آیا میں اس چن دے قدماں وچ آیا آدھا ایسی خوشبو نہ قدماں وچ ملی جیڑی پھر نصیب ہی نہیں ہوئی آدھا دل آکھے زندگی انہاں قدماں وچ گزار چھوڑا ادا آخر سرچا منا ہا سرچ آیا سلام کیتے ادا او شہزادہ ٹر گیا ادا میں یہودی نے پوچھیا اتنی تعظیم کیتی ہے اے شہزادے دی اینو جاندا ہے اس آخیا نہیں میں تے تیرے نال آیا چند دیہاڑے ہو انسان اتنے آیا نہیں جاندا نہیں میں تے تیرے نال آیا میں تے پہلی مرتبہ ڈٹھا اس کہ پہلی مرتبہ ڈٹھا تے اتنی تعظیم نجف تک صدا نہ جائے منگن دا لطف کیا آیا گل او جن دن اندر علی وسدا ہے ٹیکا لین دی علوی نو عادت نہیں ٹیک امام حسین دی بہت بڑی ہے اللہ اکبر ادا اتنی تعظیم کیوں کیتی ہے جد جاندا نہیں ادا پھر دسا کیوں کیتی ہے ادا ہاں دسا ادا جڑا اے شہزادہ میرے سامنے آیا ہے نا میرے دل نے مینوں آکھیا اگر تیں انج اٹھ کے اس دی تعظیم نہ کیتی تو حرام دا بن جا سے پتراں دے شاروں نے جڑی زبان ہلدی پئی ائی بچیاں دی زندگی سدا جیو چا ادھا میں اوویں جھکیاں اوویں قدم بوسی کیتی
ਆਦਾ ਫਿਰ ਮੈਂ ਉੱਠਿਆ ਤੇ ਉਹਨਾਂ ਦੇ ਬਾਬੇ ਦਾ ਸਲਾਮ ਕੀਤਾ। ਦਿਲ ਪਸਲੀਆਂ ਚ ਤੜਪੇ ਤੇ ਫਿਰ ਬੋਲੀ, ਨਜਫ ਤੱਕ ਸਦਾ ਨਾ ਜਾਏ ਮੁਸਾਫਰ ਸ਼ਾਮ ਖਰਾ ਇਤਨੀ ਦਿੱਤੀ। ਮੈਨੂੰ ਪਤਾ ਹੀ ਨਹੀਂ ਮੈਂ ਕਿਤਨੀ ਕੁ ਦਫ਼ਾ ਦਾ ਸੈਨ ਦਾ ਜ਼ਵਾਰ ਹਾਂ, ਮੈਨੂੰ ਪਤਾ ਹੀ ਨਹੀਂ ਮੈਂ ਕਰਬਲਾ ਦਾ ਕਿਤਨੀ ਦਫ਼ਾ ਦਾ ਜ਼ਵਾਰ ਹਾਂ। ਨੀਤੀ ਬੈਠੇ ਤਾਂ ਕਦਾ ਨਾ ਹੋ ਸੀ। ਅਦਾ ਜਦੋਂ ਉਹਨਾਂ ਦੇ ਬਾਬੇ ਦਾ ਮੈਂ ਸਲਾਮ ਕੀਤੇ, ਅਦਾ ਹੁਸੈਨ ਬਾਦਸ਼ਾਹ ਸੱਜਾ ਹੱਥ ਵਧਾ ਕੇ ਆਮਿਰ ਆਦਾ ਮੇਰੇ ਸਰ ਤੇ ਰੱਖਿਆ। ਆਮਿਰ ਆਦਾ ਹੁਸੈਨ ਦਾ ਹੱਥ ਮੇਰੇ ਸਰ ਤੇ ਆਵਣ ਦੀ ਦੇ ਰਹੀ। ਆਦਾ ਮੈਂ ਆਪਣੀਆਂ ਅੱਖਾਂ ਨਾਲ ਆਪਣੇ ਮੁਕੱਦਰ ਦੀਆਂ ਲਕੀਰਾਂ ਬਦਲਦੀਆਂ। ਗੂੰਗਾ ਹੈ ਉਹ ਬੰਦਾ ਜਦੇ ਜ਼ਬਾਨ ਨਹੀਂ ਹਿੱਲੀ, ਆਇਆ ਹੀ ਨਹੀਂ ਬੰਦਾ ਉਹ ਜਦੇ ਜ਼ਬਾਨ। ਤੇਰੀ ਜ਼ਿੰਦਗੀ ਹੋਵੇ ਸਾ ਬਿਸਮਿਲਲਾ ਕਰ ਜਵਾਨੀਆਂ ਮਾਣ ਪੁੱਤਰਾਂ ਦੇ ਸ਼ਾਰ ਹੋਣ। ਮੇਰੇ ਪਾਸੇ ਦੇਖ ਕੇ ਹੁਸੈਨ ਬਾਦਸ਼ਾਹ ਮੇਰਾ ਨਾਂ ਚਾਇਆ ਆਮਿਰ। ਮੇਰੇ ਪੁੱਤਰ ਨੂੰ ਜਿਵੇਂ ਝੁਕਿਆ, ਤੇਰਾ ਝੁਕਣਾ ਮੈਨੂੰ ਪਸੰਦ ਬੜਾ ਆਇਆ। ਕਈ ਸ਼ਹਿ ਮੰਗ ਮੈਂ ਤੈਨੂੰ ਦੇਵਾਂ। ਅਦਾ ਬਾਦਸ਼ਾਹ ਮੇਰੇ ਨਾਮ ਤੋਂ ਕਿਵੇਂ ਵਾਕਫ਼? ਫਰਮਾਇਆ ਛੋੜ ਤੇਰੀਆਂ ਪੁਸ਼ਤਾਂ ਜਾਣਨਾ। ਹਾਏ ਹਾਏ, ਤੁਹਾਡੀ ਜ਼ਿੰਦਗੀ ਹੋਵੇ ਜਵਾਨੀਆਂ ਮਾਣੋ ਛਾ ਤੇਰੀਆਂ ਨਸਲਾਂ ਜਾਣ। ਮੈਂ ਤਾਂ ਇਹ ਵੀ ਜਾਣਨਾ ਇਤਨੇ ਪੈਸਿਆਂ 'ਚ ਤੇਰੇ ਪਿਓ ਨੇ ਇਸਨੂੰ ਵੇਚਿਆ ਨਾ। ਬਾਦਸ਼ਾਹ ਇਵੇਂ ਗੱਲ ਫਰਮਾਇਆ, ਫਿਰ ਅਗਲੀ ਸੁਣ। ਤੇਰੇ ਬਾਪ ਨੇ ਆਖਿਆ ਜੇ ਭਰ ਪਿਓ ਇਤਨੇ ਦੇ ਕੇ ਛੋੜਾ ਲਈ ਸਾਂ। ਉਹ ਬੰਦਾ ਸ਼ਾਮ ਅਲੀ ਨਹੀਂ ਜਿਸ ਦੀ ਜ਼ੁਬਾਨ ਨਾ ਹਿੱਲੇ। ਹਾਦੀ ਫਰਮਾਇਆ ਆਖਿਆ ਜੀ ਬਾਦਸ਼ਾਹ ਆਖਿਆ, ਫਰਮਾਇਆ ਗੌਰ ਨਾਲ ਸੁਣ, ਉਹ ਤੇਰਾ ਪਿਓ ਨਹੀਂ ਆਖ ਰਿਹਾ, ਅਸੀਂ ਅਖਵੇਂਦੇ ਪਿਆ। ਤੁਹਾਡੀ ਜ਼ਿੰਦਗੀ ਉਹਨੇ ਜਵਾਨੀ ਦਿਓ
ਉਜੜਿਆ ਇਮਾਮ ਨੇ ਇਸ ਨੂੰ ਇੱਕ ਘੋੜਾ ਦਿੱਤਾ ਬਹੁ ਮਾਲ ਦਿੱਤਾ ਬੱਚਿਆਂ ਦੀ ਜ਼ਿੰਦਗੀ ਉਹ ਨਹੀਂ ਫਿਰ ਇਮਾਮ ਇਸ ਨੂੰ ਨਾਲ ਲੈ ਕੇ ਟੁਰ ਪਏ ਇੱਕ ਮੁਕਾਮ ਆਈ ਪੀਰੇ ਅਲੀ ਮੌਲਾ ਅਲੀ ਉਹ ਖੂਬ ਖਟਾਇਆ ਉਹ ਜਨਾਬ ਅਮੀਰ ਦੇ ਨਾਮ ਤੋਂ ਇਸ ਮੁਕਾਮ ਤਾਈਂ ਬਾਦਸ਼ਾਹ ਜਿਸ ਨੂੰ ਟੋਰੇ ਨਾ ਉੱਥੋਂ ਤੱਕ ਆਵੇ ਨਾ ਉਹ ਫਿਰ ਖੂਬ ਬੰਦ ਕਰਾਇਆ ਗਿਆ ਨਾਮੇ ਅਲੀ ਦੀ ਵਜ੍ਹਾ ਤੋਂ ਹਾਂ ਅੱਜ ਉੱਥੇ ਮਸਜਿਦ ਹੈ ਜਿਸ ਦਾ ਨਾਮ ਹੈ ਮਸਜਿਦ ਸ਼ਿਜਰਾ ਸ਼ਰੀਨ ਦੇ ਦਰਖਤ ਉੱਥੇ ਜ਼ਿਆਦਾ ਜਿਹੜੇ ਅਜਾ ਨੂੰ ਸਮਝੇ ਜਿਹੜੇ ਹਾਜੀ ਸਾਹਿਬਾਨ ਪਹਿਲੇ ਮਦੀਨੇ ਟੁਰ ਜਾਂਦੇ ਹੈਰਾਮ ਉੱਥੋਂ ਬੰਦੇ ਅਸਾਂ ਵੀ ਪਹਿਲੇ ਮਦੀਨੇ ਚਲੇ ਗਏ ਤੇ ਉੱਥੋਂ ਬੱਧੇ ਹੁਣ ਸਮਝ ਆ ਗਈ ਇਸ ਮੁਕਾਮ ਤੇ ਇਮਾਮ ਐਸੀਆਂ ਬਾਤਾਂ ਸੁਣਿਆ ਕਰੋ ਇਲਮ ਚ ਅਜ਼ਾਫਾ ਹੁੰਦਾ ਹੈ ਕਿਤੇ ਗੱਲ ਕਰਨੀ ਪੈ ਜਾਂਦੀ ਸ਼ਰੀਫਾਂ ਇਸ ਮੁਕਾਮ ਤੇ ਲੈ ਆਏ ਤੇ ਬਾਦਸ਼ਾਹ ਨੇ ਜੇਬ ਦੇ ਵਿੱਚੋਂ ਇੱਕ ਦੀਨਾਰਨ ਦੀ ਥੈਲੀ ਕੱਢ ਕੇ ਇਹਦੇ ਹੱਥ 'ਤੇ ਰੱਖੀ ਬਾਦਸ਼ਾਹ ਇਤਨਾ ਦਿੱਤਾ ਨੇ ਤੇ ਇਸ ਦੀ ਕੀ ਲੋੜ ਆਈ ਫਰਮਾਇਆ ਇਸ ਨਾਲ ਵਤਨ ਵੰਜ ਕੇ ਤਜਾਰਤ ਕਰ ਬਹੁਤ ਬੜਾ ਤਾਜਰ ਬਣਸੇ ਮੈਂ ਸਜਾ ਤੈਨੂੰ ਦੁਆ ਪਿਆ ਦੇਣਾ ਭਲਾ ਹੋਵੇ ਬਾਈ ਤੁਹਾਡੀ ਸਮਝ ਤੋਂ ਸਦਕੇ ਬਾਈ ਤੁਹਾਡੇ ਪੁੱਤਰਾਂ ਦੇ ਸ਼ਾਹ ਰੋਵਣ ਬਾਈ ਵਾਹ ਜੀ ਬਾਬਾ ਬਿਸਮਿਲਲਾ ਕਰਾਂ ਵਤਨ ਵੰਜ ਕੇ ਜੀ ਬਹੁਤ ਬੜਾ ਤਾਜਰ ਤੂੰ ਬਣਸੇ ਨਾਲੇ ਮੈਂ ਸਜਾਦ ਦੀ ਗੈਰਤ ਗਵਾਰਾ ਨਹੀਂ ਕਰੇਂਦੀ ਜੋ ਮੇਰੇ ਮੰਨਣ ਵਾਲਾ ਹੋਵੇ ਤਾਂ ਕਿਸੇ ਕਮੀਨੇ ਅੱਗੇ ਹੱਥ ਫੈਲਾਏ ਪੁੱਤਰਾਂ ਦੇ ਸ਼ਾਹ ਹੋਣੇ ਅੱਛਾ ਬਾਦਸ਼ਾਹ ਕਿਹੜੀ ਸ਼ਹਿ ਦੀ ਤਜਾਰਤ ਫਰਮਾਇਆ ਜਿਹੜੀ ਮਰਜ਼ੀ ਨਹੀਂ ਮੌਲਾ ਤੂੰ ਜੋ ਦੱਸੋ ਉਹ ਕਰੇ ਇਮਾਮ ਫਰਮਾਇਆ ਮੁਸ਼ਕੋ ਅੰਬਰ ਦੀ ਖੁਸ਼ਬੂ ਦੀ ਤਜਾਰਤ ਕਰ ਲੈ ਅੱਛਾ ਬਾਦਸ਼ਾਹ ਜਾਓ ਬਹੁਤ ਬੜਾ ਤਾਜਰ ਬਣ ਖਲੋਤੇ ਆਮਿਰ ਜੀ ਬਾਦਸ਼ਾਹ ਕਿਸੇ ਹੋਰ ਸ਼ਾਇਦ ਦੀ ਲੋੜ ਹੈ ਨਹੀਂ ਬਾਦਸ਼ਾਹ ਫਿਰ ਜਾਓ ਇੱਕ ਗੱਲ ਕਰਨੀ ਹੈ ਬਾਦਸ਼ਾਹ ਹਾਂ ਹਾਂ ਕਰੋ ਕਰੋ ਕਦੀ ਮਿਲਣ ਆਸੋ ਵਾਹ ਬੜਾ ਬਹਾਦਰ ਬੰਦਾ ਹੈ ਜਿਸ ਅੱਜ ਵੀ ਸੋਚ ਕੇ ਹੀ ਰੋਵਣਾ ਹੈ ਬੜਾ ਬਹਾਦਰ ਬੰਦਾ ਹੈ ਜਿਹੜੇ ਇਸ ਟਾਈਮ ਵੀ ਸੋਚ ਕੇ ਹੀ ਰੋਵਣਾ ਹੈ ਜਿਸ ਬੰਦੇ ਨੂੰ ਇਲਮ ਹੈ ਉਹਨੇ ਤੇ ਵਹਿਣ ਕਰਨੇ ਜਿਸ ਬੰਦੇ ਨੂੰ ਪਤਾ ਹੈ ਟਾਈਮ ਕਿਹੜਾ ਹੈ ਜ਼ੀਨੇ ਜ਼ੁਲਜਨਾ ਤੋਂ ਲਹਿ ਗਿਆ ਹੈ ਭੈਣ ਦਾ ਬੁਰਕਾ ਲਹਿਣ ਵਾਲਾ ਹੀ 18 ਜੇੜ ਤੇ ਆਇਆ ਬੈਠੇ ਮੈਂ ਬਿਸਮਿਲਲਾ ਕਰਾਂ ਮਿਲਣ ਆਸੋ ਫਰਮਾਇਆ ਆਮਿਰ ਯਾਰ ਕੂਫੇ 'ਚ ਮੁਲਾਕਾਤ ਨਹੀਂ ਹੋਣੀ ਮੈਂ ਸਦਕੇ ਹੋਵਾਂ ਜਿੱਥੇ ਹੋਣੀ ਉਹ ਜਾ ਡਸਾਓ ਗੁਲਾਮ ਉੱਥੇ ਲਗਾ ਸੀ ਫਰਮਾਇਆ ਸ਼ਾਮ ਵਾਹ ਵਾਹ ਗੋਲੀ ਸ਼ਾਮ ਇਮਾਮ ਮੁਹੰਮਦ ਬਾਕਰ ਅਲੈ ਸਲਾਮ ਫਰਮਾਉਂਦੇ ਹਨ ਹਾਦੀ ਫਰਮਾਉਂਦੇ ਤੇਰੇ ਸਾਹਮਣੇ ਤੇਰੇ ਘਰ ਦੇ ਵਿੱਚ ਤੇਰਾ ਕੋਈ ਬੱਚਾ ਧੀ ਦੋਤਰੀ ਪੋਤਰੀ ਛੋਟਾ ਬੱਚਾ ਵੀ ਤੇਰੇ ਸਾਹਮਣੇ ਆਖੇ ਨਾ ਸ਼ਾਮ ਆਦੀ ਫਰਮਾਉਂਦੇ ਜੇ ਤੂੰ ਹਾਏ ਨਾ ਕੀਤੀ ਤੂੰ ਸਾਡਾ ਨਹੀਂ ਇਮਾਮ ਫਰਮਾਉਂਦੇ ਤੈਨੂੰ ਪਤਾ ਨਹੀਂ ਇਸ ਸ਼ਾਮ ਨੇ ਮੇਰੇ ਪਿਓ ਦਾ ਜਿਗਰ ਖਾਦਾ ਇਮਾਮ ਆਦੇ ਨੇ ਇਸ ਸ਼ਾਮ ਨੇ ਮੇਰੀ ਮਾਂ ਦਾ ਬੁਰਕਾ ਲੁੱਟਿਆ ਇਮਾਮ ਆਦੇ ਨੇ ਇਸ ਸ਼ਾਮ ਨੇ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਵਾਹ ਵਾਹ ਪੁੱਤਰਾਂ ਦੇ ਸ਼ਾਰੋ ਨਹੀਂ ਬਾਈ ਜ਼ਿੰਦਗੀ ਹੋਵੇ ਜ਼ਈਫੀ ਚ ਮਾਤਮ ਕੀਤਾ ਅਕਬਰ ਦਾ ਮੌਲਾ ਕੋਈ ਰੁੱਤੀ ਸਨ ਤਰੀਖਾਂ ਦੱਸੋ ਯਾਦ ਰੱਖਾਂ ਇਮਾਮ ਫਰਮਾਇਆ ਨਹੀਂ ਯਾਦ ਰੱਖਣ ਦੀ ਲੋੜ ਨਹੀਂ ਆਪੇ ਮੁਲਾਕਾਤ ਹੋ ਜਾ ਸਕਦੀ ਮੌਲਾ ਆਪੇ ਫਰਮਾਇਆ ਮੈਂ ਜੋ ਅਦਾ ਪਿਆ ਆਪੇ ਮੁਲਾਕਾਤ ਅੱਛਾ ਬਾਦਸ਼ਾਹ ਜਾਓ ਟੁਰ ਗਿਆ ਹੋਰ ਕਰੀਬ ਆਵਾਂ ਕੁਛ 17 ਛੋੜ ਦੇਣਾ ਬਾਤ ਪੜਨ ਵਾਲਾ ਹੀ ਮੇਰਾ ਬੇਰਾ
ਦੁਨੀਆਂ ਦੇ ਪਰਦੇ ਉਹਨੇ ਵੱਡਾ ਤਾਜਰ ਬਣਿਆ ਕਿਵੇਂ ਨਾ ਬਣੇ ਜਿਸ ਨੂੰ ਦੁਆ ਇਮਾਮ ਦੀ ਹੋਵੇ ਅੱਲਾਹ ਅਕਬਰ ਵੱਡਾ ਤਾਜਰ ਗੁਲਾਮਾਂ ਨੂੰ ਇਕੱਠਿਆਂ ਕੀਤਾ ਚਲੋ ਕਰੀਬਾ ਓਏ ਗੱਲ ਸੁਣੋ ਬਾਈ ਜੀ ਯਾਰ ਆਲਮੀ ਮੰਡੀ ਲੱਗਦੀ ਹੈ ਦਮਿਸ਼ਕ ਸ਼ਾਮ ਹਾਂਜੀ ਦਾਰੁਲ ਖਲਾਫਾ ਵੱਡੀ ਉੱਥੇ ਲੱਗਦੀ ਜੇ ਮੰਡੀ ਯਾਰ ਅਸੀਂ ਕਦੀ ਗਏ ਨਹੀਂ ਉਹ ਬਾਦਸ਼ਾਹ ਸੀ ਤੇ ਡਰ ਤੋਂ ਬੋਲਦੇ ਨਹੀਂ ਤੁਹਾਨੂੰ ਜਾਣਾ ਚਾਹੀਦਾ ਤੁਸੀਂ ਕਿਹਦੇ ਨਾਲੋਂ ਮਾੜੇ ਤਾਜਰ ਹੋ ਤੁਹਾਡੀਆਂ ਦੂਰ ਤੱਕ ਧੁੰਮਨ ਤੁਹਾਡਾ ਤਾਂ ਕੋਈ ਦੁਆ ਦਾ ਸਿਲਸਿਲਾ ਹੈ ਤੁਹਾਡੇ ਪਿੱਛੇ ਸਾਈਂ ਅੱਛਾ ਚਲੋ ਤਿਆਰੀ ਕਰੋ ਇਹ ਜਿਹੜਾ ਸਮਾਨ ਹੈ ਨਾ ਆਪਣੇ ਕੋਲ ਸਵਾਰੀਆਂ ਤਾਂ ਲੱਦੋ ਤੇ ਇਹ ਉੱਥੇ ਵੰਜ ਵਚੇ ਸਾਂ ਉੱਥੋਂ ਨਵਾਂ ਲਈ ਅੱਛਾ ਲਓ ਜੀ ਤਿਆਰੀ ਹੋ ਗਈ ਮੁੱਕ ਗਈ ਤਮੀਦ ਦੀਆਂ ਲਿਆਓ ਗੁਲਾਮਾਂ ਦੇ ਨਾਲ ਇਹ ਸਾਮਾਨ ਲੱਦ ਕੇ ਸ਼ਾਮ ਦੇ ਪਾਸੇ ਤੁਰ ਪਿਆ ਉਧਰੋਂ ਭੈਣ ਫੇਰਾ ਮਰਾ ਕੇ ਸ਼ਾਮ ਨੂੰ ਤੁਰ ਪਈ ਵਾਹ 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 ਹੱਕ ਹੈ ਜਿਹੜਾ ਇਸ ਲਈ ਅਦਾ ਕੀਤਾ ਈ ਇਹੋ ਹੀ ਹੱਕ ਹੈ ਜਿਹੜਾ ਇਸ ਵੇਲੇ ਅਦਾ ਕੀਤਾ ਈ ਤੇਰੇ ਪੁੱਤਰਾਂ ਦੇ ਸ਼ਹਿਰੋਂ ਨੀ ਇਹੋ ਹੀ ਹੱਕ ਹੀ ਉਹ ਜਿਹੜਾ ਇਸ ਲਈ ਅਦਾ ਪਿਆ ਕਰਨਾ ਜੀ ਬਾਬਾ ਜੀ ਜੀ ਬਾਬਾ ਜੀ ਜਵਾਨੀਆਂ ਮਾਣੇ ਇਮਾਮ ਹੁਸੈਨ ਕਿਸ ਗੰਦ ਦਮਿਸ਼ਕ ਦੇ ਬਾਹਰ ਆਣ ਕੇ ਖੈਮਾ ਲਾਇਆ ਅੱਲਾਹੁ ਅਕਬਰ ਮੈਂ ਜਿੰਨੀ ਵਾਰੀ ਵੀ ਆਖਾਂ ਮੇਰੀ ਜ਼ਿੰਦਗੀ ਆਖਦਿਆਂ ਆਖਦਿਆਂ ਮੁੱਕ ਜਾਏ ਰੁੱਲੀ ਬੜਾ ਔਖਾਈ ਖੁਦਾ ਜਾਣਦਾ ਤੁਹਾਡੇ ਡਰ ਤੋਂ ਮਸਾਏ ਪੜੇ ਨਹੀਂ ਜਾਂਦੇ ਮੈਨੂੰ ਅੱਜ ਦੇ ਦਿਨ ਦੀ ਕਸਮ ਏ ਸ਼ਾਮ ਜਿਹੜਾ ਪਹੁੰਚੀਏ ਤੇ ਦਰਖਾਸਤਾਂ ਯਜ਼ੀਦ ਦੇ ਸਾਹਮਣੇ ਆਈਆਂ ਅਸੀਂ ਪਰਦੇਦਾਰ ਆਏ ਬਾਹਰ ਨਹੀਂ ਆ ਸਕਦੀਆਂ ਅਲੀ ਦੀ ਧੀ ਨੂੰ ਆਖੋ ਸਾਡੇ ਹਰ ਦਰਵਾਜ਼ੇ ਤੇ ਆਵੇ ਅੱਲਾ ਜਾਣਦਾ ਕਿਸੇ ਵੇਲੇ ਉਸ ਬੂਹੇ ਤੇ ਮੁਹੰਮਦ ਦੀ ਧੀ ਆਈ ਸਿਰ ਝੁਕਾ ਲੈ ਜਿਹਦੀ ਮੰਗਣ ਦਾ ਵੱਲ ਨਹੀਂ ਆਇਆ ਸਿਰ ਝੁਕਾ ਲੈ ਜਿਹਦੀ ਹੱਥ ਨਹੀਂ ਨਿਕਲਦੀ ਪਈ ਤਿੰਨ ਦਿਨ ਨਹੀਂ ਗੁਜ਼ਰੇ ਅਲੀ ਦੀਆਂ ਧੀਆਂ ਨੂੰ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜਵਾਨੀਆਂ ਮਾਣੇ ਵਾਹ ਵਾਹ ਮਾਮੂਲੀ ਜਿਹਾ ਹੋ ਸਕੇ ਤੂੰ ਚੱਕਰ ਤੁਸੀਂ ਹਾਏ ਹਾਏ ਖੁਦਾ ਜਾਣਦਾ ਸ਼ਾਮ ਖਾ ਗਈ ਸਾਦਾਤ ਨੂੰ ਖੈਮਾ ਲੱਗ ਗਏ ਰਾਤ ਗੁਜ਼ਰ ਗਈ ਠੀਕ ਹੈ ਅੱਲਾ ਤੇਰੇ ਰਿਜ਼ਕ ਚ ਇਜ਼ਾਫਾ ਫਰਮਾ ਦਿਓ ਚੜਿਆ ਗੁਲਾਮਾਂ ਨੂੰ ਸੱਦਿਆ ਗੱਲ ਸੁਣੋ ਬਾਈ ਜੀ ਇੰਜ ਕਰੋ ਤੁਸੀਂ ਸਾਰੇ ਸ਼ਹਿਰ ਚ ਜਾਓ ਖੈਰ ਹੈ ਜੀ ਪਤਾ ਕਰੋ ਮੰਡੀ ਦੀ ਦੀਵਾਰ ਕਿਹੜੀ ਹੈ ਨਵੇਂ ਆਇਆ ਸਾਨੂੰ ਪਤਾ ਨਹੀਂ 15 ਦਿਨਾਂ ਬਾਅਦ ਲੱਗਦੀ ਹਫ਼ਤੇ ਬਾਅਦ ਲੱਗਦੀ ਮਹੀਨੇ ਬਾਅਦ ਲੱਗਦੀ ਜਾਓ ਪਤਾ ਕਰੋ ਅੱਛਾ ਜੀ ਇਹ ਆਪਣੇ ਮਾਲ ਦਾ ਵੀ ਜ਼ਰਾ ਬਾਜ਼ਾਰ 'ਚ ਰੇਟ ਛੇ ਹਾਂ ਠੀਕ ਹੈ ਜੀ ਅਤੇ ਵਾਪਸ ਆਓ ਨਾ ਜੀ ਕੋਈ ਖਾਵਣ ਪੀਵਣ ਦਾ ਸਾਮਾਨ ਹਾਂ ਠੀਕ ਹੈ ਜਾਓ ਇਹ ਤੁਰ ਪਏ ਅਤੇ ਫਿਰਦੇ ਫਿਰਦੇ ਬਾਜ਼ਾਰੇ ਹਮੀਦੀਆ 'ਚ ਆ ਗਏ ਉਸ ਬਾਜ਼ਾਰ ਚ ਜੁੰਬਿਰ ਖੁਸ਼ੀਆਂ ਮੁਬਾਰਕਾਂ ਹੈਰਾਨ ਹੋ ਕੇ ਖਲੋ ਗਏ ਯਾਰੇ ਇਹ ਕਈਆਂ ਖੁਸ਼ੀਆਂ ਉੱਥੇ ਪੰਜ ਸੱਤ ਬੰਦੇ ਖਲੋਤੇ ਕੋਲ ਚ ਸਲਾਮ ਅਲੈਕਾ ਸਲਾਮ ਭਾਈ ਇੱਥੋਂ ਦੇ ਹੋ ਹਾਂ ਇੱਥੋਂ ਦੇ ਹਾਂ ਮੁਸਲਮਾਨ ਹਾਂ ਮੁਸਲਮਾਨ ਅਸਾਂ ਵੀ ਮੁਸਲਮਾਨ ਹਾਂ ਪਰਦੇਸੀਆਂ ਇੱਥੋਂ ਦੇ ਨਹੀਂ ਇੱਕ ਗੱਲ ਪੁੱਛਣੀ ਜੇ ਤੁਸੀਂ ਨਾਰਾਜ਼ ਨਾ ਹੋ ਹਾਂ ਹਾਂ ਜਦ ਪਰਦੇਸੀ ਹੋ ਤੁਹਾਨੂੰ ਪਤਾ ਨਹੀਂ ਤਾਂ ਪੁੱਛੋ ਭਾਈ ਤੁਹਾਡੇ ਸ਼ਹਿਰ 'ਚ ਕੋਈ ਮੇਲਾ ਹੈ ਵਾਹ ਤੇਰੀ ਜ਼ਿੰਦਗੀ ਹੋਵੇ ਹਾਂ ਮੌਲਾ
جا تیرا ماتم قبول کرے او اکبر دا بابا تیرے وین قبول کرے میں بسم اللہ کرا جی بسم اللہ کرا Yeah, dog.
किनू आखा के दे हाथ फड़ो ओ मैं किनू आखा के दे हाथ फड़ो मैं बिस्मिल्ला करा شبیر دا مجرم ہوما جڑی گل تائیں کیتی ہے قرآن دتیاں پاراں دی قسم ہے اے دور ایویں لتھے سی کنڈے بند رہے ان تو دور لہ گیا وین کر کے آ دی آئی ویکھ لایا تیرے قاتلاں دیاں دھیاں کیویں سم گئیاں او میڈا نمازی بابا مینوں پتھراں تے نظر نہیں آندی واہ سر جھکا لے سر جھکا لا یا رون والی شکل بنا لا منگ کھا جو منگنا چاہنا ہے میں بسم اللہ کرا سن لیں بازار آیا
ਅਦਾਕਾਰੀ ਕਿੱਥੇ ਅਦੋਂ ਹੁਣੇ ਹੀ ਥਾਈ ਆਈ ਪਤਾ ਕਰੇ ਦਿਆਂ ਸਪਾਹੀ ਨੂੰ ਪੁੱਛਣ ਲੱਗੇ ਨਾ ਆਮਿਰ ਦੀ ਦੀਦ ਪਈਏ ਦੀਵਾਰਾਂ ਤੇ ਤਾਜ਼ਾ ਰੱਤ ਲੱਗੀ ਹੋਈ ਹੈ ਕਾਬੂ ਕਰੀ ਆਪਣੇ ਆਪ ਨੂੰ ਬੜਾ ਸੰਭਲ ਕੇ ਪੜਦਾ ਪਿਆ ਇੱਕ ਸਪਾਹੀ ਦਾ ਮੋਢਾ ਹਿਲਾਇਆ ਯਾਰ ਦੀਵਾਰਾਂ ਤੇ ਤਾਜ਼ਾ ਰੱਤ ਮੁਸਕੁਰਾ ਕੇ ਆਦਾ ਇੱਥੋਂ ਬਾਗੀ ਦੀਆਂ ਭੈਣਾਂ ਲੱਗੀਆਂ ਨਾ ਅਸੀਂ ਵੀ ਲੰਘਦੇ ਪਿਆ ਤੁਸੀਂ ਵੀ ਲੰਘਦੇ ਪਿਓ ਬਾਗੀ ਦੀਆਂ ਭੈਣਾਂ ਕੋਈ ਵੱਖਰੀਆਂ ਲੱਗੀਆਂ ਨਾ ਖਾਬਾਂ ਚ ਰੋਣਾ ਹੀ ਤਮਾਏ ਦਾ ਡੇ ਕਦਾ ਥੋੜੀ ਦੇਰ ਪਹਿਲੋਂ ਆਵਿਆ ਗੱਲ ਨਾ ਪੁੱਛਿਆ ਤੈਨੂੰ ਪਤਾ ਨਹੀਂ ਇੱਕ ਰੱਸੀ ਆਈ ਤੇ ਚਵਠ ਗੱਲਾਂ ਨਾ ਆਦਾ ਜਿਹੜੇ ਵੇਲੇ ਰਾਹ ਮਿਲਦਾ ਸਪਾਹੀ ਏਡੇ ਜ਼ੋਰ ਦੀ ਰੱਸੀ ਛਕਦਾ ਕਿਸੇ ਬੀਬੀ ਦਾ ਸਰ ਸੱਜੀ ਦੀਵਾਰ ਚ ਲੱਗਦਾ ਕਿਸੇ ਬੀਬੀ ਦਾ ਸਰ ਖੱਬੀ ਦੀਵਾਰ ਚ ਲੱਗਦਾ ਕੋਈ ਬੀਬੀ ਬਾਜ਼ਾਰ ਚ ਬੋਲ ਕੇ ਆਦੀਏ ਬਾਬਾ ਮੇਰੀਆਂ ਤਲੀਆਂ ਪਟੀ ਗਈਆਂ ਛੁੜਾਵਣ ਵਾਲਾ ਕੋਈ ਨਹੀਂ ਬਾਰ ਬਾਰ ਛੜੀਆਂ ਪਿਆ ਮਰੇ
تے کوئی نہیں مریندا ادر راز اس لے کھلیا جڑے ویلے میرے سجے پاسے دے نال اک چٹی داڑی والا شامی اٹھیا اے تے اٹھ کے اونچے آواز وچ آدا یزید حیا کر او تو بازاراں چ پھرائیاں اساں جو پرایا تو تازیاں نے مارے اساں جو پرایا بازار چ بائے بائے کے ٹردیاں آئیاں اساں چ جی بابا جی بابا جی بابا جی بابا اینو پھڑ کے بہوئے تھے میں بسم اللہ کرا دیاں دے پردے ہونے جی بابا آنکھا ایک جملہ یا چھوڑ دے ماں آنکھا ایک جملہ جوانا ہو بانی مجلس آنکھا ایک سطر یا چھوڑ دے ماں زندگی دا پتہ نہیں جھولی پھلائیں ایک سطر آنکھیں لگا آدھا جیڑ ویلے بولے آشامی اچھی بول کے آدھا ہون انہا لبات چھڑی نہ مار او کمینہ میں اکھا نال وہدا رہا اے لب محمد چوم دیا نہ رجدا آ میرا دا اس ویلے جگر پھٹ گیا ہے آدھا میں جلدی ماتا آدھا میں اکے وددا جی بابا سمجھ نہیں آندی بندہ تے ایک آئی جندے لب محمد جمدہ اندہ نا تے حسین آئی شامی آدھا وہ زہرہ دا پتر آئی اللہ جان دا عامر تلوار گھڑیے اس ویلے سجادہ دا عامر اس جنگ ساڑے جوان مارے عامر اس جنگ ساڑے نادان مارے عامر اس جنگ ساڑے برکے لٹ لائے عامر جنگ نہیں کرنی عامر میں بھائنا نال بازار آیا عامر جنگ نہیں کرنی میں دربار آیا Yeah.
दादा घोड़े दी गर्दन च जेड़ा सारे ओ मेरे चाचे अब्बास بڑا نام بہت بڑے مصعب خان بہت بڑے زدار ملک علی عباس علوی صاحب چنیا مصعب آل محمد